ਪੁਲਿਸ ਨੇ ਅਚਾਨਕ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੀ ਗੱਡੀ ਤੇ ਆਪਣੀ ਗੱਡੀ ਮਾਰੀ, ਲੇਕਿਨ ਉਹਨਾਂ ਨੇ ਅਚਾਨਕ ਫਾਇਰ ਕਰ ਦਿੱਤਾ ਔਰ ਇਹੀ ਸਾਰਾ ਪੂਰਾ ਆਪਰੇਸ਼ਨ ਜਿਹੜਾ ਮੋਹਾਲੀ ਦੀ CIA ਇਹ ਦੋ ਪਿਸਟਲ ਨੇ, ਇੱਕ ਇਹ ਤੇ ਉਸ ਸਾਈਡ ਦੂਜੀ ਪਈ ਹੈ ਤੇ ਉਸ ਪਾਸੇ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਕਿਉਂਕਿ ਮੌਕੇ ਦੀ ਤਸਵੀਰਾਂ ਨੇ, ਜਿੱਦਾਂ ਅਮਨ ਵੀ ਦੱਸ ਰਹੇ ਸੀਗੇ ਇਹ ਪੂਰਾ ਪਰਨਾ ਹੈ, ਇਹ ਦੋ ਸੀਗੇ ਪ੍ਰਿੰਸ ਤੇ ਇਹ ਖੋਲ ਪਿਆ, ਇਹ ਬਿਲਕੁਲ ਲਾਲ, ਇਹ ਜਿਹੜੀ ਫਾਇਰਿੰਗ ਕੀਤੀ ਹੈ ਪੁਲਿਸ ਤੇ ਇਹਨਾਂ ਨੇ ਔਰ ਖੋਲ ਪਿਆ, ਤੇ ਦੂਜੇ ਪਾਸੇ ਪੁਲਿਸ ਦੀ ਗੱਡੀ ਤੇ ਵੀ ਜਿਹੜੀ ਬੁਲੈਰੋ ਗੱਡੀ ਹੈ, DSP ਦੀ ਗੱਡੀ ਹੈ, ਉਹਨਾਂ ਦੀ ਗੱਡੀ ਤੇ ਵੀ ਉਹਨਾਂ ਨੇ ਫਾਇਰ ਕੀਤਾ ਹੈ ਤੇ ਕਹਿ ਸਕਦੇ ਹਾਂ ਕਿ ਇੱਕ ਵੱਡਾ ਆਪਰੇਸ਼ਨ ਸੀ ਇਹ, ਭੱਜਣ ਦੀ ਇਹਨਾਂ ਦੀ ਕੋਸ਼ਿਸ਼ ਸੀ। ਜਿਹੜੇ ਵੀ DSP ਨੇ ਜਿਹਨਾਂ ਦੀ ਸੁਪਰਵਿਜ਼ਨ 'ਚ ਪੂਰਾ ਆਪਰੇਸ਼ਨ ਹੋਇਆ, DSP ਗੁਰਸੇਵ ਸਿੰਘ ਸੰਧੂ ਉਹ ਸਾਡੇ ਨਾਲ ਨੇ। ਗੁਰਸੇਵ ਸਰ, ਇਹ ਪੂਰਾ ਆਪਰੇਸ਼ਨ ਕੀਤਾ, ਇਹ ਦੋਨਾਂ ਦੀ ਥੋੜ੍ਹੀ ਡਿਟੇਲ ਜਾਣਨਾ ਚਾਹੁੰਦੇ, ਇਹ ਇਸ ਪੂਰਾ ਏਰੀਆ ਖਾਲੀ ਏਰੀਆ, ਇਹ ਭੱਜਣ ਦੀ ਫਿਰਾਕ 'ਚ ਸੀਗੇ? ਰਾਈਟ ਸਾਹਿਬ, ਇਹ ਤੁਹਾਨੂੰ SF ਸਾਹਿਬ ਆ ਕੇ ਬਰੀਫ ਕਰਨਗੇ, ਅਸੀਂ ਵੀ ਉਹਨਾਂ ਦੀ ਵੇਟ ਕਰ ਰਹੇ ਹਾਂ, ਫੋਰੈਂਸਿਕ ਟੀਮ ਆ ਜਾਏ ਬਾਅਦ ਚੋਂ। ਥੋੜ੍ਹੀ ਡਿਟੇਲ ਦੇ ਦਿਓ ਸਰ ਕਿ ਇਹ ਪ੍ਰਿੰਸ ਤੇ ਕਰਮਜੀਤ ਦਾ ਬੈਕਗ੍ਰਾਉਂਡ ਕੀ ਹੈ ਸਰ? ਸਾਨੂੰ ਘੱਟੋ ਘੱਟ 7-8 ਕੇਸਾਂ ਦੇ ਲੜੀਂਦੇ ਸੀਗੇ ਜੀ, 3 ਗੱਡੀਆਂ ਸਾਡੇ ਏਰੀਆ 'ਚ ਖੋਹੀਆਂ ਇਹਨਾਂ ਨੇ, 1 ਇਹਨਾਂ ਨੇ ਅਟੈਂਪਟ ਟੂ ਕਿਡਨੈਪਿੰਗ ਕੀਤੀ ਹੈ, ਠੀਕ ਹੈ, ਔਰ ਇਸ ਤੋਂ ਇਲਾਵਾ ਜ਼ੀਰਕਪੁਰੀ ਦੇ ਵਿੱਚ ਬੜੇ ਇਹਨਾਂ ਨੇ ਐਕਸਟ੍ਰੈਕਸ਼ਨ ਕਾਲਸ ਕੀਤੇ ਹੈ ਤੇ ਕਾਫੀ ਟਾਈਮ ਤੋਂ ਪੁਲਿਸ ਦਾ ਜਿਹੜਾ ਮਤਲਬ ਸਿਰਦਰਦ ਬਣੇ ਹੋਏ ਸੀਗੇ ਜੀ, ਉਹ ਅੱਜ ਜਿਹੜੀ ਆ ਇਨਫੋਰਮੇਸ਼ਨ ਕੀ ਸੀ ਸਰ? ਅੱਜ ਸੀਕ੍ਰੇਟ ਇਨਫੋਰਮੇਸ਼ਨ ਆਈ ਸੀਗੀ ਕਿ ਇਸ ਏਰੀਆ ਦੇ ਵਿੱਚ ਹੈਗੇ ਨੇ, ਠੀਕ ਹੈ, ਤੇ ਐਕਸਚੇਂਜ ਆਫ ਫਾਇਰ ਜਿਹੜਾ ਸੀਰੀਅਸ ਇੰਜਰਡ ਨੇ। DSP ਸਾਹਿਬ, ਜੇ ਤੁਹਾਡਾ ਇਹ ਪੂਰਾ ਆਪਰੇਸ਼ਨ ਹੈ, ਇਹਨਾਂ ਦੇ ਬਾਰੇ ਕਿਹੜੀ ਗੈਂਗ ਤੋਂ ਕਿਸੇ ਤੋਂ ਰਿਲੇਟਿਡ ਨੇ ਜਾਂ ਹੁਣ ਤੱਕ ਦੀ ਜਾਣਕਾਰੀ ਕੁਝ ਮਿਲੀ ਹੋ ਕਿਸੇ ਗੈਂਗਸਟਰ ਤੋਂ ਰਿਲੇਟਿਡ ਨੇ? ਇਹ ਦੋਨੋਂ ਲੋਕਲ ਹੈ, ਹੈਬਿਚੁਅਲ ਕ੍ਰਿਮੀਨਲਸ ਹੈ ਜੀ, 7-8 ਕੇਸਾਂ ਚ ਲੁੜਿੰਦੇ ਨੇ ਔਰ ਕਾਫੀ ਕਾਰਜੈਕਿੰਗ ਦੇ ਕੇਸਿਸ, ਐਕਸਟ੍ਰੈਕਸ਼ਨ ਕਾਲ ਦੇ ਕੇਸਿਸ ਵਿੱਚ ਇਨਵੋਲਵਡ ਹੈਗੇ ਨੇ। ਠੀਕ ਹੈ ਸਰ, ਇਹ ਜਿਹੜੀ ਗੱਡੀ ਹੈ, ਜਿਸ ਗੱਡੀ 'ਚ ਇਹ ਵੀ ਕੋਈ ਨੈਸ਼ਨਲ ਵਹੀਕਲ ਹੈ ਜੀ, ਇੱਕ ਇਹਨਾਂ ਨੇ 10 ਦਿਨ ਪਹਿਲਾਂ ਇੱਕ ਟੈਕਸੀ ਡਰਾਈਵਰ ਤੋਂ ਇਹ ਗੱਡੀ ਸਨੈਚ ਕੀਤੀ ਸੀ ਸਰ। 28 ਨਵੰਬਰ ਨੂੰ ਜਿਹੜੀ ਕੀਤੀ ਸੀ ਉਹੀ ਗੱਡੀ ਹੈ? ਬਿਲਕੁਲ ਇਹੀ ਗੱਡੀ ਹੈ, ਜਤਿੰਦਰ ਸਿੰਘ ਟੈਕਸੀ ਡਰਾਈਵਰ ਦਾ ਨਾਮ ਸੀਗਾ, ਉਹੀ ਗੱਡੀ ਉਹੀ ਗੱਡੀ ਹੈ। ਪੁਲਿਸ ਨੇ ਅਚਾਨਕ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੀ ਗੱਡੀ ਤੇ ਆਪਣੀ ਗੱਡੀ ਮਾਰੀ, ਲੇਕਿਨ ਉਹਨਾਂ ਨੇ ਅਚਾਨਕ ਫਾਇਰ ਕਰ ਦਿੱਤਾ ਔਰ ਇਹੀ ਸਾਰਾ ਪੂਰਾ ਆਪਰੇਸ਼ਨ ਜਿਹੜਾ ਮੋਹਾਲੀ ਦੀ CIA ਇਹ ਦੋ ਪਿਸਟਲ ਨੇ, ਇੱਕ ਇਹ ਤੇ ਉਸ ਸਾਈਡ ਦੂਜੀ ਪਈ ਹੈ ਤੇ ਉਸ ਪਾਸੇ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਕਿਉਂਕਿ ਮੌਕੇ ਦੀ ਤਸਵੀਰਾਂ ਨੇ, ਜਿੱਦਾਂ ਅਮਨ ਵੀ ਦੱਸ ਰਹੇ ਸੀਗੇ ਇਹ ਪੂਰਾ ਪਰਨਾ ਹੈ, ਇਹ ਦੋ ਸੀਗੇ ਪ੍ਰਿੰਸ ਤੇ ਇਹ ਖੋਲ ਪਿਆ, ਇਹ ਬਿਲਕੁਲ ਲਾਲ, ਇਹ ਜਿਹੜੀ ਫਾਇਰਿੰਗ ਕੀਤੀ ਹੈ ਪੁਲਿਸ ਤੇ ਇਹਨਾਂ ਨੇ ਔਰ ਖੋਲ ਪਿਆ, ਤੇ ਦੂਜੇ ਪਾਸੇ ਪੁਲਿਸ ਦੀ ਗੱਡੀ ਤੇ ਵੀ ਜਿਹੜੀ ਬੁਲੈਰੋ ਗੱਡੀ ਹੈ, DSP ਦੀ ਗੱਡੀ ਹੈ, ਉਹਨਾਂ ਦੀ ਗੱਡੀ ਤੇ ਵੀ ਉਹਨਾਂ ਨੇ ਫਾਇਰ ਕੀਤਾ ਹੈ ਤੇ ਕਹਿ ਸਕਦੇ ਹਾਂ ਕਿ ਇੱਕ ਵੱਡਾ ਆਪਰੇਸ਼ਨ ਸੀ ਇਹ, ਭੱਜਣ ਦੀ ਇਹਨਾਂ ਦੀ ਕੋਸ਼ਿਸ਼ ਸੀ। ਜਿਹੜੇ ਵੀ DSP ਨੇ ਜਿਹਨਾਂ ਦੀ ਸੁਪਰਵਿਜ਼ਨ 'ਚ ਪੂਰਾ ਆਪਰੇਸ਼ਨ ਹੋਇਆ, DSP ਗੁਰਸੇਵ ਸਿੰਘ ਸੰਧੂ ਉਹ ਸਾਡੇ ਨਾਲ ਨੇ। ਗੁਰਸੇਵ ਸਰ, ਇਹ ਪੂਰਾ ਆਪਰੇਸ਼ਨ ਕੀਤਾ, ਇਹ ਦੋਨਾਂ ਦੀ ਥੋੜ੍ਹੀ ਡਿਟੇਲ ਜਾਣਨਾ ਚਾਹੁੰਦੇ, ਇਹ ਇਸ ਪੂਰਾ ਏਰੀਆ ਖਾਲੀ ਏਰੀਆ, ਇਹ ਭੱਜਣ ਦੀ ਫਿਰਾਕ 'ਚ ਸੀਗੇ? ਰਾਈਟ ਸਾਹਿਬ, ਇਹ ਤੁਹਾਨੂੰ SF ਸਾਹਿਬ ਆ ਕੇ ਬਰੀਫ ਕਰਨਗੇ, ਅਸੀਂ ਵੀ ਉਹਨਾਂ ਦੀ ਵੇਟ ਕਰ ਰਹੇ ਹਾਂ, ਫੋਰੈਂਸਿਕ ਟੀਮ ਆ ਜਾਏ ਬਾਅਦ ਚੋਂ। ਥੋੜ੍ਹੀ ਡਿਟੇਲ ਦੇ ਦਿਓ ਸਰ ਕਿ ਇਹ ਪ੍ਰਿੰਸ ਤੇ ਕਰਮਜੀਤ ਦਾ ਬੈਕਗ੍ਰਾਉਂਡ ਕੀ ਹੈ ਸਰ? ਸਾਨੂੰ ਘੱਟੋ ਘੱਟ 7-8 ਕੇਸਾਂ ਦੇ ਲੜੀਂਦੇ ਸੀਗੇ ਜੀ, 3 ਗੱਡੀਆਂ ਸਾਡੇ ਏਰੀਆ 'ਚ ਖੋਹੀਆਂ ਇਹਨਾਂ ਨੇ, 1 ਇਹਨਾਂ ਨੇ ਅਟੈਂਪਟ ਟੂ ਕਿਡਨੈਪਿੰਗ ਕੀਤੀ ਹੈ, ਠੀਕ ਹੈ, ਔਰ ਇਸ ਤੋਂ ਇਲਾਵਾ ਜ਼ੀਰਕਪੁਰੀ ਦੇ ਵਿੱਚ ਬੜੇ ਇਹਨਾਂ ਨੇ ਐਕਸਟ੍ਰੈਕਸ਼ਨ ਕਾਲਸ ਕੀਤੇ ਹੈ ਤੇ ਕਾਫੀ ਟਾਈਮ ਤੋਂ ਪੁਲਿਸ ਦਾ ਜਿਹੜਾ ਮਤਲਬ ਸਿਰਦਰਦ ਬਣੇ ਹੋਏ ਸੀਗੇ ਜੀ, ਉਹ ਅੱਜ ਜਿਹੜੀ ਆ ਇਨਫੋਰਮੇਸ਼ਨ ਕੀ ਸੀ ਸਰ? ਅੱਜ ਸੀਕ੍ਰੇਟ ਇਨਫੋਰਮੇਸ਼ਨ ਆਈ ਸੀਗੀ ਕਿ ਇਸ ਏਰੀਆ ਦੇ ਵਿੱਚ ਹੈਗੇ ਨੇ, ਠੀਕ ਹੈ, ਤੇ ਐਕਸਚੇਂਜ ਆਫ ਫਾਇਰ ਜਿਹੜਾ ਸੀਰੀਅਸ ਇੰਜਰਡ ਨੇ। DSP ਸਾਹਿਬ, ਜੇ ਤੁਹਾਡਾ ਇਹ ਪੂਰਾ ਆਪਰੇਸ਼ਨ ਹੈ, ਇਹਨਾਂ ਦੇ ਬਾਰੇ ਕਿਹੜੀ ਗੈਂਗ ਤੋਂ ਕਿਸੇ ਤੋਂ ਰਿਲੇਟਿਡ ਨੇ ਜਾਂ ਹੁਣ ਤੱਕ ਦੀ ਜਾਣਕਾਰੀ ਕੁਝ ਮਿਲੀ ਹੋ ਕਿਸੇ ਗੈਂਗਸਟਰ ਤੋਂ ਰਿਲੇਟਿਡ ਨੇ? ਇਹ ਦੋਨੋਂ ਲੋਕਲ ਹੈ, ਹੈਬਿਚੁਅਲ ਕ੍ਰਿਮੀਨਲਸ ਹੈ ਜੀ, 7-8 ਕੇਸਾਂ ਚ ਲੁੜਿੰਦੇ ਨੇ ਔਰ ਕਾਫੀ ਕਾਰਜੈਕਿੰਗ ਦੇ ਕੇਸਿਸ, ਐਕਸਟ੍ਰੈਕਸ਼ਨ ਕਾਲ ਦੇ ਕੇਸਿਸ ਵਿੱਚ ਇਨਵੋਲਵਡ ਹੈਗੇ ਨੇ। ਠੀਕ ਹੈ ਸਰ, ਇਹ ਜਿਹੜੀ ਗੱਡੀ ਹੈ, ਜਿਸ ਗੱਡੀ 'ਚ ਇਹ ਵੀ ਕੋਈ ਨੈਸ਼ਨਲ ਵਹੀਕਲ ਹੈ ਜੀ, ਇੱਕ ਇਹਨਾਂ ਨੇ 10 ਦਿਨ ਪਹਿਲਾਂ ਇੱਕ ਟੈਕਸੀ ਡਰਾਈਵਰ ਤੋਂ ਇਹ ਗੱਡੀ ਸਨੈਚ ਕੀਤੀ ਸੀ ਸਰ। 28 ਨਵੰਬਰ ਨੂੰ ਜਿਹੜੀ ਕੀਤੀ ਸੀ ਉਹੀ ਗੱਡੀ ਹੈ? ਬਿਲਕੁਲ ਇਹੀ ਗੱਡੀ ਹੈ, ਜਤਿੰਦਰ ਸਿੰਘ ਟੈਕਸੀ ਡਰਾਈਵਰ ਦਾ ਨਾਮ ਸੀਗਾ, ਉਹੀ ਗੱਡੀ ਹੈ।